ਲੈ ਭਾਬੀ ਦਾ ਫੋਨ। ਹੈਲੋ ਭਾਬੀ, ਸਤਿ ਸ਼੍ਰੀ ਅਕਾਲ, ਠੀਕ ਠਾਕ? ਹਾਏ ਲੈ ਦੱਸ ਭਾਬੀ, ਮੇਰੇ ਤਾਂ ਦਿਮਾਗ 'ਚੋਂ ਨਿਕਲ ਗਿਆ। ਆਹੋ ਕੋਈ ਨਹੀਂ, ਪਾਉਣੀ ਆ, ਹੈ ਨਹੀਂ ਜੋ ਓਪਨ ਕਰ। ਆਹੋ ਚੱਲ ਛੇ ਛੇ ਦੀ ਕਰੋ ਕੰਮ, ਕੋਈ ਨਹੀਂ ਮੈਂ ਪਾ ਦਿੰਦੀ। ਠੀਕ ਆ ਠੀਕ ਆ ਠੀਕ, ਹੁਣੇ ਪਾਉਣੀ ਹੁਣੇ। ਦਵਿੰਦਰ ਹੀ ਕਰਨ ਨਹੀਂ ਆ? ਉਹ ਮੈਂ ਹਾਰ ਵੇਖਣ ਡਈ ਹਾਂ। ਹਾਰ ਅੱਗੇ ਨਹੀਂ ਵੇਖਿਆ? ਉਹ ਮੈਂ ਨਾ, ਤੂੰ ਤਾਂ ਫੋਟੋ ਖਿੱਚਣ ਨਹੀਂ ਦੀ। ਉਹ ਮੈਂ ਫੋਟੋਆਂ ਤਾਂ ਦੱਸਦੀ ਹਾਂ, ਮੇਰੀ ਸਹੇਲੀ ਬੜੀ ਮੇਰੇ ਪਿੱਛੇ ਪਈ ਕਿੰਨੇ ਦਿਨਾਂ ਦੀ, ਕਹਿੰਦੀ ਜਿੱਦਾਂ ਦਾ ਤੇਰਾ ਹਾਰ ਆ ਨਾ ਉੱਦਾਂ ਦਾ ਹਾਰ ਮੈਂ ਵੀ ਬਣਾਉਣਾ, ਅਤੇ ਮੈਨੂੰ ਫੋਟੋਆਂ ਪਾਈ, ਅਤੇ ਮੈਂ ਨਾ ਉਹਨਾਂ ਫੋਟੋਆਂ ਪਾਉਣ ਡਈ ਸਾਨੂੰ। ਡਰਦੀ ਤਾਂ ਕੋਈ ਗੱਲ ਨਹੀਂ, ਫੋਟੋਆਂ ਪਾਉਣੀ ਉਹ ਨਹੀਂ ਚੋਰੀ ਦਾ ਹੁੰਦਾ ਹੈ। ਨਹੀਂ ਨਹੀਂ ਚੋਰੀ ਦਾ ਕਿਉਂ, ਆਪਣਾ ਵਾ, ਮੇਰੇ ਪੇਕਿਆਂ ਨੇ ਪਾਇਆ ਮੈਨੂੰ, ਅਤੇ ਮੈਂ ਤਾਂ ਕਰਕੇ ਬਹਿ ਜਾਓ। ਪਾ ਦੇ ਫਿਰ ਫੋਟੋਆਂ, ਕਿਹੜੀ ਸਹੇਲੀ ਬਣਾਉਣਾ? ਆਹ ਜਿਹੜੀ ਬਿਠਾਉਣ ਵਾਲੀ। ਮੈਂ ਬੜੀਆਂ ਫੋਟੋਆਂ ਖਿੱਚਣ ਡੀ, ਵੇਚਣ ਮੁੱਚਣ ਦਾ ਇਰਾਦਾ ਵਾ ਕਿਤੇ? ਨਹੀਂ ਨਹੀਂ ਓਏ, ਜਾ ਪਾਣੀ ਦਾ ਗਲਾਸ ਲਿਆ ਦੋ। ਆ ਗਿਆ? ਆਹੋ ਮੈਂ ਤੇ ਹੱਥ ਮੂੰਹ ਵੀ ਧੋਆਇਆ। ਅੱਜ ਤੇ ਰੋਟੀ ਨਾਲ ਖੜੀ ਸੀ, ਅੱਜ ਵੀ ਇੰਨੀ ਦੁਪਹਿਰੇ ਕਿਉਂ ਆਇਆ ਗਰਮੀ ਦੇ ਵਿੱਚ? ਉਹ ਕੰਮ ਕੁੰਮ ਦੁਪਹਿਰੇ ਕਿਹੜਾ ਹੁੰਦਾ ਵਾ, ਤੇ ਮੈਂ ਕਿਹਾ ਚੱਲ ਘੜੀ ਉਹ ਵੀ ਚੱਲ ਗਏ ਸੁੱਤੇ ਸੀ, ਮੈਂ ਘਰੇ ਚੱਲਿਆ, ਮੈਂ ਘਰੇ ਰੈਸਟ ਕਰਦੇ ਹਾਂ। ਅੱਛਾ ਪਾਣੀ ਲਿਆ ਲਓ ਠੰਡਾ ਜਿਹਾ। ਲੈ, ਗਰਮੀ ਬੜੀ ਹੋ ਗਈ ਆ ਤੇ ਬਹੁਤ ਜ਼ਿਆਦਾ, ਉੱਥੇ ਲਾਗੇ ਜੂਸ ਦੀ ਰੇਹੜੀ ਲੱਗਦੀ ਆ, ਪੀ ਲਿਆ ਕਰ, ਇੰਨੇ ਵੀ ਸਰਫੇ ਨਹੀਂ ਕਰੀਦੇ ਹੋਈ ਦੇ, ਪਤਾ ਅੱਤ ਦੀ ਗਰਮੀ ਪੈਣ ਡਈ ਉੱਤੋਂ, ਜਾਂ ਗੰਨੇ ਦਾ ਜੂਸ ਆ ਨਾ ਉਹ ਪੀ ਲਿਆ ਕਰ, ਅਤੇ ਨਾਲ ਮੇਰੀ ਗੱਲ ਸੁਣ। ਪੈਸਿਆਂ ਦੀ ਹਾਂ ਹੋ ਗਈ ਆ। ਕਿਹੜੇ ਪੈਸਿਆਂ ਦੀ? ਦਵਿੰਦਰ ਗਈ ਨਹੀਂ, ਆ ਗਈ ਆ, ਕਹਿੰਦੇ ਵੀ ਮਿਲ ਜਾਣੇ ਪੈਸੇ ਥੋੜ੍ਹੇ ਦਿਨਾਂ ਤੱਕ। ਪੈਸੇ ਜੋ ਮਿਲਣੇ ਆ ਤੇ ਸਾਡੀ ਲਿਮਿਟ ਕੇ ਖਲਾਸ ਕਰਕੇ ਸਾਨੂੰ ਪੈਲੀ ਦੋ, ਅਸੀਂ ਕਿੱਥੇ ਲਾਉਂਦੇ ਫਿਰਾਂਗੇ ਪੈਸੇ ਜਾ ਜਾ ਕੇ। ਚੱਲ ਕੋਈ ਗੱਲ ਨਹੀਂ, ਆਪਾਂ ਵੀ ਤਾਂ ਪੈਸੇ ਤਾਂ ਲਿਮਿਟ ਹੀ ਚੁੱਕਣੇ ਸੀ, ਅਤੇ ਜੇ ਸਾਨੂੰ ਉਹੀ ਪੈਸੇ ਮਿਲ ਜਾਣਗੇ ਤਾਂ ਤੂੰ ਆਪਣਾ ਕੰਮ ਤਾਂ ਕਰ ਹਾਂ, ਬਾਕੀ ਬਾਅਦ 'ਚ ਵਹਿੰਦੇ ਰਵਾਂਗੇ। ਆਹੋ ਚਲੋ ਠੀਕ ਆ ਤੁਹਾਡੀ ਗੱਲ ਵੀ, ਅਤੇ ਨਾਲੇ ਮੇਰੀ ਗੱਲ ਸੁਣ। ਨਹੀਂ ਕਿੱਦਾਂ ਮਿਲਣੇ ਪੈਸੇ ਹੁਣ ਕੀ ਆਉਂਦੇ ਆ? ਕਹਿੰਦੀ ਤਾਂ ਹੈਗੀ ਆ ਇੱਕ ਦੋ ਦਿਨਾਂ 'ਚ ਮਿਲ ਜਾਣਗੇ, ਆਈ ਸੀ ਇੱਥੇ, ਲਾਰਾ ਲਾਉਂਦੀ ਹੋਣੀ ਆ। ਨਹੀਂ ਜਿੰਨੇ ਜ਼ੋਰਾਂ 'ਚ ਆਈ ਸੀ ਮਿਲਣੇ ਹੋਣੇ ਆ, ਤਾਂ ਹੀ ਤਾਂ ਕਹਿੰਦੀ ਸੀ। ਨਾਲੇ ਮੇਰੀ ਗੱਲ ਸੁਣ, ਇੰਨੇ ਪੈਸਿਆਂ ਨਾਲ ਗੱਲ ਨਹੀਂ ਬਣਨੀ, ਮੈਨੂੰ ਪਤਾ ਜਦੋਂ ਬਾਹਰ ਦੀ ਛੇੜ ਛਿੜ ਜੇ ਨਾ ਤਾਂ ਹੌਲੀ ਹੌਲੀ ਪੈਸੇ ਨਿਕਲਦੇ ਆਉਂਦੇ ਹੁੰਦੇ ਆ, ਤਾਂ ਬਾਅਦ 'ਚ ਅਸੀਂ ਵੇਖਾਂਗੇ ਇੱਕ ਦੂਜੇ ਦੇ ਮੂੰਹ ਵੱਲ। ਤੂੰ ਇੱਦਾਂ ਕਰ, ਹੁਣ ਜਾਣਾ ਤਾਂ ਨਹੀਂ ਨਾ ਦੁਕਾਨ 'ਤੇ? ਨਹੀਂ ਨਹੀਂ ਕੰਮ ਤਾਂ ਨਹੀਂ ਆ। ਜਾ ਆਪਣੀ ਮਾਸੀ ਨੂੰ ਚੜ੍ਹਾ ਲਿਆ, ਮੈਂ ਸਵੇਰੇ ਉਹਨਾਂ ਗੱਲ ਕੀਤੀ ਸੀ ਅਤੇ ਕਹਿੰਦੀ ਸੀ ਆਜੂੰਗੀ, ਅਤੇ ਮੈਨੂੰ ਪਤਾ ਉਹਨੇ ਗਰਮੀ ਦਾ ਕਰਕੇ ਘਰੋਂ ਤੁਰਨਾ ਨਹੀਂ, ਸੋਲ ਹੋ ਗਈ ਹੁਣ। ਕੋਈ ਨਹੀਂ, ਮੈਂ ਜਾ ਕੇ ਚੜ੍ਹਾ ਲਿਆਉਣਾ ਵਾ, ਚੜ੍ਹਾ ਲਿਆ, ਅਤੇ ਉਹਨੂੰ ਪੈਸਿਆਂ ਦਾ ਪਿਆਰ ਦੇ ਨਾਲ ਕਹੀਏ, ਆਹ ਸਾਰੀ ਹੋਈ ਗਈ ਗੱਲ ਜਿਹੜੀ ਇਹਨਾਂ ਨੇ ਕੀਤੀ ਆ, ਫੋਨ 'ਤੇ ਦੱਸਿਆ ਤਾਂ ਐਵੇਂ ਚਿੰਤਾ ਕਰੂਗੀ, ਫੋਨ ਲਾ ਕੇ ਉੱਧਰ ਦਵਿੰਦਰ ਨੂੰ ਮਾੜਾ ਚੰਗਾ ਬੋਲੂਗੀ, ਬੁਰੀ ਬਣੂਗੀ, ਕੀ ਫਾਇਦਾ, ਇਹਨੂੰ ਬਿਹਤਰ ਉਹਨੂੰ ਚੁੱਪ ਕਰਕੇ ਚੜ੍ਹਾ ਲਿਆ, ਕਹੀ ਵੀ ਮੰਮੀ ਆਉਂਦੀ ਸੀ ਕੰਮ ਵਾ। ਉਹਨਾਂ ਨੂੰ ਕਹਿਣਾ ਬੱਸ ਲੈ ਕੇ ਆਉਂਦੇ ਸਾਡੇ ਤੋਂ, ਮੈਂ ਲੈ ਆਉਂਦਾ,
ਪਿੰਡ ਉਹਨਾਂ ਦਾ ਕਿੰਨੀ ਦੂਰ ਆ? ਵੇ ਕਿੰਨੀ ਕੁ ਦੂਰ ਵਾ, ਕਿਤੇ ਬੱਸਾਂ ਦੇ ਧੱਕੇ ਖਾਂਦੀ ਰਹੂਗੀ ਵਿਚਾਰੀ। ਤੂੰ ਮੁੰਡਾ ਖੁੰਡਾ ਵਾ, ਝੱਟ ਚੜਾ ਲਿਆਉਣਾ ਵਾ। ਮੈਨੂੰ ਤੇ ਕੋਈ ਗੱਲ ਨਹੀਂ, ਮੈਂ ਤੇ ਮੋਟਰਸਾਈਕਲ ਦਾ ਸੋਚਦਾ ਵਾਂ, ਤੁਹਾਨੂੰ ਪਤਾ ਤੇ ਹੈ ਖਟਾਰਾ ਜਿਹਾ ਹੈਗਾ ਵਾ, ਕਿਤੇ ਬੰਦ ਹੋ ਗਿਆ ਰਾਹ 'ਚ ਦੋਵੇਂ ਖਲੋਤੇ ਰਹਾਂਗੇ। ਵੀ ਨਹੀਂ ਬੰਦ ਹੁੰਦਾ, ਉੱਦਾਂ ਵੀ ਤਾਂ ਤੂੰ ਰੋਜ਼ ਜਾਂਦਾ ਹੀ ਆ। ਮੇਰਾ ਤਾਂ ਜੀ ਕਰਦਾ, ਨਾਲੇ ਉਹਨੂੰ ਕਿਹਾ ਉਹਦਾ ਧਿਆਨ ਹੋਣਾ ਵਿੱਚ ਹੀ। ਚਲੋ ਕੋਈ ਨਹੀਂ, ਚੱਲ ਜਾਂਦਾ ਵਾਂ। ਚੜਾ ਲਿਆ ਤੇ ਉਹਦੇ ਨਾਲ ਇੱਥੇ ਸਾਰੀ ਗੱਲਬਾਤ ਕਰਾਂਗੇ, ਤੁਹਾਨੂੰ ਕਹਾਂਗੇ ਭੈਣ ਪੈਸੇ ਦੇ ਤੂੰ ਵੀ। ਭੂਆ ਵਾ ਤੇਰੀ ਐਡੀ ਗੱਲ ਨਹੀਂ ਆ, ਤੂੰ ਆਪ ਕਹੀਂ ਸਗੋਂ ਮੇਰੇ ਕਹਿਣ ਤੋਂ ਬਗੈਰ ਹੀ। ਕੋਈ ਨਹੀਂ, ਨਾਲੇ ਹੁਣ ਪੈਸੇ ਉਹ ਕੋ ਹੈਗੇ ਆ, ਉਹਨੇ ਦੇ ਵੀ ਦੇਣੇ ਆ। ਦੇ ਤਾਂ ਹੀ ਆ, ਨਹੀਂ ਤਾਂ ਔਖਾ ਹੀ ਆ ਫਿਰ। ਦਊਗੀ, ਐਡੀ ਗੱਲ ਨਹੀਂ ਆ, ਇੰਨਾ ਚਿਰ ਹੋ ਗਿਆ ਅਜੇ ਵੀ ਨਾ ਦਊਗੀ। ਫੋਨ 'ਤੇ ਆਉਂਦੀ ਸੀ, ਕੋਈ ਗੱਲ ਨਹੀਂ, ਕੰਮ ਬੰਨ ਲੈਂਦੇ, ਮੈਂ ਕਰੂੰਗੀ। ਅਤੇ ਉਹਨੂੰ ਕਹਿਣਾ ਕਰੂੰਗੀ ਨਹੀਂ ਕਰ। ਆਹੋ ਕਹਾਂਗੇ, ਕਹਿਣਾ ਹੌਲੀ ਹੌਲੀ ਕਰਕੇ ਦੇ ਦੇ ਫਿਰ, ਮਹੀਨਾ ਡੇਢ ਮਹੀਨੇ ਬਾਅਦ ਇੱਦਾਂ। ਨਹੀਂ ਨਹੀਂ ਇੱਦਾਂ ਨਾ ਕਹੀਂ, ਇੱਦਾਂ ਦੇ ਢਿੱਲੀ ਪੈ ਜਾਣਾ ਵਾ। ਤੂੰ ਕੱਪੜੇ ਪਾ ਦੇ, ਤਿਆਰ ਹੋ, ਮੈਂ ਆਪੇ ਉਹਦੇ ਨਾਲ ਗੱਲ ਕਰ ਲੈਂਦੀ। ਕੱਪੜੇ ਕੀ, ਮੈਂ ਲੋਅਰ ਪਾ ਕੇ ਚੱਲ ਜਾਣਾ ਵਾ। ਗਰਮੀ ਬੜੀ ਆ ਤੇ ਬਹਿ ਜਾ, ਮੈਂ ਪਾਣੀ ਲੈ ਕੇ ਆਵਾਂ। ਨਹੀਂ ਜੇ ਭੂਆ ਜੂਸ ਪਿਆ ਲੈਣ ਡਈ ਸੀ ਤੇ ਪੀ ਲੈਂਦਾ। ਨਹੀਂ ਭੂਆ ਗਰਮੀ ਬੜੀ, ਚੱਲੀਏ ਚੱਲੀਏ ਚੱਲੀਏ। ਹੋਰ ਸੁਣਾ ਭੈਣ, ਅਮਨ ਹੁਣਾਂ ਦਾ ਆਇਆ ਫੋਨ? ਹਾਂ ਆਇਆ ਫੋਨ। ਕੀ ਗੱਲ ਆ, ਠੀਕ ਠਾਕ? ਹਾਂ ਠੀਕ। ਕਿੱਦਾਂ ਕੰਮ ਦਾ? ਠੀਕ ਆ ਕੰਮ। ਤੇ ਕੀ ਕਰਦੀ ਰਹਿੰਦੀ ਉੱਥੇ, ਆ ਜਾ ਕਰ ਕਿਤੇ। ਗਰਮੀ ਬੜੀ ਆ, ਬਸ ਇੰਨੀ ਸੋਲ ਹੋ ਗਈ ਆ, ਘਰ ਦੇ ਵਿੱਚ ਇੰਨਾ ਕੁ ਹੋ ਗਿਆ ਵਾ ਤੇ ਗਰਮੀ ਵਹਿੰਦੀ ਰਹੀ। ਤੂੰ ਨਾ ਕਿਸੇ ਦਾ ਆਤਾ ਪਤਾ ਲਈ ਕਿ ਚੰਦ ਚਾੜਤਾ ਵਾ, ਜਿਹੜੇ ਸਾਡੇ ਪੈਸੇ ਨਹੀਂ ਮੋੜਨੇ। ਦਵਿੰਦਰ ਦੇ ਭਰਾ ਨੇ, ਆਹੋ ਜਿਹੜੇ ਦਵਿੰਦਰ ਦੇ ਭਰਾ ਨੇ ਦਿੱਤੇ ਸੀ ਜੋ ਬੰਨਾ ਤੇ ਦਵਿੰਦਰ ਦੇ ਨਾਲ ਉਹਨੇ ਰਲ ਕੇ, ਤੇ ਇਹਦੇ ਹਿੱਸੇ ਜਿਹੜੀ ਪੈਲੀ ਆਉਂਦੀ ਸੀ ਉਹਦੇ ਤੇ ਲਿਮਿਟ ਚੁੱਕ ਕੇ ਤੇ ਪੈਸੇ ਹਨ ਦੇਤੇ। ਆ ਹਾਏ, ਸਾਡੀਆਂ ਜੁੱਤੀਆਂ ਤੇ ਸਾਡਾ ਹੀ ਸਿਰ, ਤੇ ਤੁਹਾਨੂੰ ਪਤਾ ਹੀ ਨਹੀਂ। ਸਾਨੂੰ ਕਿੱਥੇ ਪਤਾ ਲੱਗਾ? ਮੈਂ ਉਹ ਆਂਦੀ ਸੀ ਨਾ ਤੁਹਾਨੂੰ ਕਿ ਧਿਆਨ ਰੱਖਿਓ, ਤੈਨੂੰ ਮੈਂ ਕਹਿ ਕੇ ਗਈ ਸੀ ਨਾ। ਤੁਸੀਂ ਤੇ ਕਿਹਾ ਸੀ, ਹਾਂ ਪਰ ਹੁਣ ਸਾਨੂੰ ਥੋੜੀ ਪਤਾ ਸੀ ਵੀ ਆਪਣੇ ਨੇ ਇਦਾਂ ਕਰ ਦੇਣਾ। ਗੁੰਗੇ ਬਣੇ ਰਹਿੰਦੇ, ਬੋਲੇ ਬਣੇ ਰਹਿੰਦੇ ਈ ਇਹੋ ਤਾਂ ਟੜੀਆਂ ਗੱਲਾਂ ਮਾਰਦੀਆਂ। ਤੂੰ ਵੀ ਚੰਗੀ ਰਹੀ, ਹੁਣ ਤੂੰ ਜ਼ਿਆਦਾ ਪੜ੍ਹੀ ਲਿਖੀ ਸੀ ਨਾ ਤੇ ਤੈਨੂੰ ਇਹ ਨਹੀਂ ਸੀ ਦੀਦਾ ਵੀ ਮੈਂ ਉਹ ਕੀ ਕਰਨ ਡੇ ਤੇ ਮੈਂ ਵੇਖ ਲਾ। ਗੱਲ ਤੇ ਭੈਣ ਭੈਣ ਭਰਾਵਾਂ ਦੀ ਸੀ, ਪੜ੍ਹੇ ਲਿਖੇ ਵਾਲੀ ਕਿਹੜੀ ਗੱਲ ਸੀ ਇਹਦੇ ਵਿੱਚ? ਆਹੋ ਆਉਂਦੇ ਹੁੰਦੇ ਵੀ ਬਗਾਨਾ ਨਾ ਮਾਰੇ ਬੰਦਾ ਆਪਣੇ ਦੇ ਮਾਰਿਆ ਮਰਦਾ ਵਾ, ਅਸੀਂ ਤਾਂ ਅੰਤ ਘਰਦੇ ਨੀ ਮਾਰ ਛੱਡਿਆ ਬਗਾਨੇ ਤੇ ਫਿਰ ਵੀ ਮਾਰ ਮਾਰਦੇ ਕਰ ਲੈਂਦੇ। ਇੱਕ ਵਾਰੀ ਹੋਇਆ, ਦੋ ਵਾਰੀ ਹੋਇਆ, ਵਾਰ ਵਾਰ ਇੱਕੋ ਇੱਕ ਭਰਾ ਸੀ, ਬੱਚਿਆਂ ਵਾਂਗੂ ਪਾਲਿਆ ਸੀ ਤੇ ਵੇਖ ਲਓ ਕਿੱਦਾਂ ਲਹੂ ਸਫੇਦ ਹੋ ਗਿਆ ਜੇ। ਮੈਨੂੰ ਸਮਝ ਨਹੀਂ ਆਉਂਦੀ ਇਹਦੇ ਸੈਨਾ ਤੋਂ ਬਗੈਰ ਕਿੱਦਾਂ ਲਿਬੜ ਚੁੱਕੀ ਗਈ। ਹੋਏ ਆ ਮੇਰੇ ਸੈਨ, ਕਿੱਦਾਂ ਹੋ ਗਏ? ਚੇਤਾ ਕਰੋ ਜਦੋਂ ਤੁਸੀਂ ਪਿਛਲੀ ਵਾਰ ਆਏ ਮੈਂ ਤੁਹਾਨੂੰ ਮੋਦੀ ਵਾਲੇ ਪੈਸਿਆਂ ਦਾ ਨਹੀਂ ਬਹਾਨਾ ਲਾਉਂਦੇ ਵੀ ਮੋਦੀ ਵਾਲੇ ਪੈਸੇ, ਨਿਆਣਾ ਹੈਗਾ ਸੀ ਉਦੋਂ ਨਾਲ ਲੈ ਗਿਆ ਆਪਣੇ ਸਹੁਰੇ ਜੋਬਨ, ਮੇਰਾ ਸਾਲਾ ਘਰੇ ਸਾਰਾ ਕੁਛ ਕਰ ਲੈਂਦਾ, ਉਹਦੀ ਵਾਕਫੀ ਬੜੀ, ਉਹਦੇ ਕਿਤੇ ਇੱਕੋ ਪੇਪਰ ਤੇ ਸੈਨ ਕਰਾ ਲਏ। ਤੂੰ ਥੋੜਾ ਬਹੁਤਾ ਪੜਿਆ ਨਹੀਂ ਪੇਪਰਾਂ ਨੂੰ? ਪੜਨਾ ਕੀ ਸੀ, ਸਾਰੇ ਜਵਾਨੇ ਮੇਰੇ ਆਲੇ ਦੁਆਲੇ ਰੋਤੇ ਹੀ ਕਹਿੰਦੇ ਘਰ ਦੇ ਸੈਨ ਤੇ ਤੈਨੂੰ ਸੰਗ ਆਉਂਦੀ ਪੜ ਲੱਗਿਆ। ਤੁਸੀਂ ਚਾਚੇ ਨੇ ਕਰਿਓ ਗੱਲ? ਨਹੀਂ ਮੈਂ ਤਾਂ ਕਰੂੰਗੀ, ਹੁਣ ਕਿੱਥੇ ਆ ਹੁਣੇ? ਉਹਦਾ ਭੈਣ ਵੇਖ ਲਾ ਵੀ ਤਾਂ ਜੋਬਨ ਦੀ 420 ਘਰ ਦੇ ਵਿੱਚ ਬੰਦਾ ਨਾਲ ਰਲੇ ਤੇ ਇਦਾਂ ਦੇ ਧੋਖੇ ਹੁੰਦੇ, ਜੇ ਜੋਬਨ ਨਾਲ ਲੱਤ ਲਾਉਂਦਾ ਤੇ ਉਹਦੀ ਕੀ ਜ਼ਰੂਰਤ ਸੀ ਕੀਤੀ ਤੇ ਉਹਨਾਂ ਜੱਗੋਂ ਤੇਰਵੀ ਜੀ ਤੇ ਕਰਦਾ ਇੱਕ ਵਾਰੀ ਘਰ ਜਾਵੇ ਤੇ ਇਹੋ ਜਿਹੇ ਨੂੰ ਖੜੀਆਂ ਖੋਟੀਆਂ ਸੁਣਾ ਕੇ ਆਵੇ
ਪਰ ਉਹ ਗੱਲ ਆਖੀ ਦਾ ਵੀ ਫਾਇਦਾ ਕੀ ਆ, ਨਿਕਲਣਾ ਕੀ ਉਹਨਾਂ ਗੱਲਾਂ ਦੇ ਵਿੱਚੋਂ, ਇੰਨੀ 420 ਹਜੇ ਇੰਨਾ ਨੀ ਪਤਾ ਵੀ ਮੁੜ ਕੇ ਇੱਥੇ ਮੂੰਹ ਨਹੀਂ ਵਿਖਾਲਣਾ, ਕਿਹੜੇ ਮੂੰਹ ਨਾਲ ਆਉਣਾ ਸੀ ਮੁੜ ਕੇ ਇੱਥੇ, ਪਤਾ ਕਿੱਦਾਂ ਲੱਗਾ ਇੱਥੇ ਆ ਦੋ ਤਿੰਨ ਹਰਕਤਾਂ ਇਦਾਂ ਦੀਆਂ ਕਰਦੇ ਆ ਵੀ ਇੱਥੇ ਆਉਣ ਜੋਗੇ ਤੇ ਰਹੇ ਨੀ ਉਹ, ਤੇ ਜਿੰਨੇ ਘਰੋਂ ਖੜਿਆ ਵਾ ਤੇ ਉਹ ਤੋ ਹਜੀ ਇਹ ਫੁਲਾਤੋ ਸਾਡੀ ਤੇ ਫੋਨ ਕੀ ਕਰਨਾ ਸੀ ਅਸੀਂ ਤੇ ਤਿੰਨ ਚਾਰ ਦਿਨ ਕਿਤੇ ਸਾਡੇ ਸਾਹ ਸੁੱਕੇ ਨਾ ਕਿਤੇ ਖਾਣੇ ਇਹ ਰੋਣੋ ਨਾ ਹਟੇ ਰੋਵੀ ਜਾਵੇ ਮੈਂ ਕਿਹਾ ਵੀ ਪੁੱਤ ਰੋਣਾ ਉੱਤੋਂ ਕੰਮ ਬਣ ਰਿਹਾ ਮੈਂ ਵੀ ਆਖਾਂ ਜਦੋਂ ਬਾਹਰ ਦਾ ਕੰਮ ਦਾ ਨਾਂ ਲੈਂਦੇ ਹਾਂ ਦਵਿੰਦਰ ਹੋਣੀ ਦੋਵੇਂ ਜੀ ਇਹੋ ਗੱਲ ਕਹਿੰਦੇ ਕੀ ਕਰਨਾ ਬਾਹਰ ਬਾਹਰ ਕੀ ਰੱਖਿਆ ਇੱਥੇ ਕੋਈ ਕੰਮ ਕਰ ਲਏ ਅਸਲ ਚ ਸਿਆਪਾ ਤੇ ਇਹ ਵੀ ਇਹਨਾਂ ਨੂੰ ਪਤਾ ਸੀ ਵੀ ਜੇ ਲਿਮਿਟ ਵੱਲ ਹੋ ਗਏ ਤੇ ਸਾਡੀ ਗੱਲ ਖੁੱਲ ਜਾਣੀ ਹੈ ਗੱਲ ਖੁੱਲ ਜਾਣੀ ਤੇ ਪਾਪ ਨੂੰ ਜਿੰਨਾ ਮਰਜ਼ੀ ਅੰਦਰ ਵੜ ਕੇ ਕਰੀਏ ਉਹ ਕੋਠੇ ਚੜ ਕੇ ਨੱਚਦਾ ਕਹਿੰਦੇ ਉਹਨੂੰ ਜਿੰਨਾ ਲੁਕਾਈਏ ਨਾ ਉਹ ਓਨਾ ਉਹਨੇ ਕੋਠੇ ਚੜ ਕੇ ਨੱਚਦਾ ਸਹੀ ਗੱਲ ਆ ਜਾਂ ਤੇ ਤੁਸੀਂ ਕਹੋ ਵੀ ਏਡੀ ਵੱਡੀ ਗੱਲ ਹੈ ਸਾਹਮਣੇ ਨੀ ਆਉਣੀ ਘਰ ਦੇ ਵਿੱਚ ਸਾਰਿਆਂ ਨੂੰ ਪਤਾ ਦੀਦਾ ਹੁੰਦਾ ਵਾ ਵੀ ਇੱਦਾਂ ਦਾ ਆਪਾਂ ਕੰਮ ਕਰਾਂਗੇ ਤੇ ਗੱਲ ਖੁੱਲਣੀ ਖੁੱਲਣੀ ਹੈ ਮਾਤਾ ਨੂੰ ਪਤਾ ਵਾ ਪਹਿਲਾਂ ਕਿਥੋਂ ਪਤਾ ਸੀ ਬਾਅਦ ਚ ਪਤਾ ਲੱਗਾ ਬਥੇਰੀ ਬਥੇਰੀ ਕੀਤੀ ਉਹਨੇ ਝੂਰਦੀ ਵੀ ਬੜਾ ਰਹੀ ਤੇ ਕੀਤੀ ਵੀ ਬੜੀ ਪਰ ਹੁਣ ਚਾਚੀ ਗਈ ਸੀ ਆਂਦੇ ਆ ਵੀ ਇੱਕ ਦੋ ਦਿਨ ਹੁਣ ਆਂਦੇ ਆ ਵੀ ਹੁਣ ਮਿਲ ਜਾਣੇ ਆ ਪੈਸੇ ਤੇ ਦੇ ਦੇਣੇ ਤੁਹਾਡੇ ਵੇਖੋ ਮੈਂ ਹੁਣ ਅਜੇ ਵੀ ਉਹਨਾਂ ਦੀ ਗੱਲਾਂ ਚ ਆਉਂਦੇ ਨੇ ਇੱਕ ਦੋ ਦਿਨ ਤੱਕ ਡਈ ਮੈਂ ਹੁਣ ਹੋਰ ਹੋਰ ਕਿਸੇ ਨੂੰ ਠੱਗ ਲੈਣਗੇ ਕਿ ਮੈਨੂੰ ਘੜੀ ਮੁੜੀ ਮਿਹਣੇ ਮਾਰਦੀ ਆ ਸਾਡੇ ਤੇ ਰਗਾਂ ਤੇ ਚੜ ਜਾਂਦੀ ਆਪਣੀ ਭੈਣ ਕੋ ਨੀ ਪੈਸੇ ਕਢਾਉਂਦੀ ਤੇ ਤੂੰ ਵੀ ਅਮਨ ਨੂੰ ਕਹਿ ਵੀ ਪੈਸੇ ਕਲਾਵੇ ਤੇ ਇਹਦਾ ਵਿਚਾਰੇ ਦਾ ਕੰਮ ਕਰੀਏ ਇਹਦਾ ਹੁਣ ਟਾਈਮ ਲੰਘਣ ਡਿਆ ਮੈਂ ਤਾਂ ਹੀ ਤੈਨੂੰ ਫੋਨ ਕੀਤਾ ਮੈਂ ਤੇ ਆਪ ਹੀ ਆਉਣਾ ਸੀ ਆਉਣਾ ਤੇ ਮੈਂ ਪੈਸੇ ਦੇਣ ਸੀ ਤੇ ਮੈਂ ਕਹਿਣ ਦੀ ਚੱਲ ਆ ਵੀ ਦੇਣ ਲੰਗੇ ਚੱਲ ਆ ਵੀ ਕਰ ਲਾ ਕੰਮ ਆ ਵੀ ਕਰ ਲਾ ਫਿਰ ਜਾਂਦੀ ਲੈ ਭੈਣ ਆਹ ਗੱਲ ਕਹਿ ਕੇ ਤੇ ਤੂੰ ਮਨ ਖੁਸ਼ ਹੀ ਕਰਤਾ ਜੇ ਤੁਸੀਂ ਪੈਸੇ ਦੇ ਦੋ ਕੋ ਉਹਨੇ ਦੇ ਦੇਣੇ ਆ ਤੇ ਚੱਲ ਇਹਦਾ ਵੀ ਗਰੀਬ ਦਾ ਕੰਮ ਸਰ ਉਹਨੂੰ ਕਹਿਣਾ ਸੀ ਸਾਡੀ ਤੇ ਭੈਣਾਂ ਦੀ ਗੱਲ ਵਾ ਤੇ ਤੂੰ ਚੱਥੇ ਦਾ ਪੈਸੇ ਦੇ ਕੇ ਤੇ ਫਿਰ ਵੀ ਟੌਰ ਪਾਉਂਦੀ ਇੰਨਾ ਅਗਲੀ ਨਹੀਂ ਨਾ ਸਮਝਦੀ ਅਗਲੀ ਤੇ ਗੱਲ ਗੱਲ ਤੇ ਮਿਹਣੇ ਮਾਰਦੀ ਓਕੋ ਕਢਾ ਪਿਆ ਸੀ ਓਕੋ ਕਢਾ ਮੈਂ ਦਿਲ ਚ ਇੱਕ ਦਿਨ ਮੈਂ ਕਿਹਾ ਵੀ ਮੈਂ ਕੀ ਪਤਾ ਲੈ ਹੀ ਨਹੀਂ ਲਏ ਤੂੰ ਕੀ ਕਹਿਣਾ ਵਾ ਕਹ ਤੂੰ ਕੀ ਕਹਿਣਾ ਵਾ ਤੂੰ ਲਿਆ ਕੇ ਦੇ ਨਾ ਆਹ ਸਮਝਦੇ ਨਹੀਂ ਨਾ ਪ੍ਰੀਤ ਮੇਰੀ ਗੱਲ ਸੁਣ ਪਤਾ ਕਿੱਦਾਂ ਲੱਗਾ ਵਾ ਪਤਾ ਕਿੱਦਾਂ ਲੱਗਣਾ ਭੈਣ ਤੇ ਸਮਨ ਘਰੇ ਆ ਗਏ ਜਦੋਂ ਉੱਥੋਂ ਪੈਸੇ ਚੁੱਕੇ ਸੀ ਲਿਮਟ ਦੇ ਕਿਸ਼ਤ ਕੋਈ ਤਾਰੀ ਨੀ ਤੇ ਘਰੇ ਆ ਗਿਆ ਸਮਨ ਵਾਲਾ ਤੇ ਗੋਰੇ ਨੂੰ ਟੱਪ ਗਿਆ ਸਾਹਮਣੇ ਇਹਨੂੰ ਨਾ ਟੱਕਰਦਾ ਤੇ ਹੁਣ ਤਾਂ ਵੀ ਨਹੀਂ ਦੱਸਣਾ ਇਹਨਾਂ ਪਤਾ ਹੀ ਨਹੀਂ ਲੱਗਣ ਦੇ ਨਹੀਂ ਪਤਾ ਦੱਸਣਾ ਹਾਂ ਦੱਸਣਾ ਹੀ ਨਹੀਂ ਇਹਨੇ ਨਹੀਂ ਮੰਨਦੇ ਬਾਅਦ ਮੈਂ ਕਾਗਜ਼ ਚੈੱਕ ਕਰਵਾਏ ਉਧਰੋਂ ਕਾਗਜ਼ ਲਿਆਂਦੇ ਕਿਸੇ ਬਹਾਨੇ ਨਾਲ ਫੋਟੋਆਂ ਖਿੱਚੀਆਂ ਫਿਰ ਮੈਂ ਵਿਖਾਏ ਜਾ ਕੇ ਪਰ ਵੇਖ ਲਾ ਆਸ ਨੀ ਏਦਾਂ ਦੀ ਏਦਾਂ ਦੇ ਵੀ ਕੁਛ ਕਰ ਜਾਣ ਮੈਂ ਕਹਿੰਦੀ ਤੂੰ ਕਹਿਣਾ ਵਾ ਵੀ ਰਾਤ ਕਿੰਨੀ ਰਾਤ ਤੱਕ ਮੈਨੂੰ ਨੀਂਦ ਨੀ ਆਈ ਵੀ ਬਣਿਆ ਕੀ ਹਜੇ ਆਪਣੇ ਭੈਣ ਭਰਾ ਏਦਾਂ ਕਰਨ ਦਿਆ ਭੇ ਤੇ ਬੰਦਾ ਕਿਤੇ ਵਿਸ਼ਵਾਸ ਕਰੂਗਾ ਹੋਰ ਤੂੰ ਤੇ ਮੈਨੂੰ ਟੈਨਸ਼ਨ ਫਲਾਤੀ ਟੈਨਸ਼ਨ ਤੁਸੀਂ ਕਹਿੰਦੇ ਫੋਨ ਨਹੀਂ ਕੀਤਾ ਫੋਨ ਅਸੀਂ ਕਰਨਾ ਤੇ ਬਿਪਤਾ ਪਈ ਘਰੇ ਇੰਨੇ ਦਿਨ ਹੋਏ ਆ ਹਾਰ ਕੇ ਇਹਨੂੰ ਮੈਂ ਵੀ ਆਪਣੀ ਮਾਸੀ ਨੂੰ ਇੱਥੇ ਚੜਾ ਕੇ ਲਿਆ ਇੱਥੇ ਉਹਦੇ ਨਾਲ ਗੱਲ ਕਰਾਂਗੇ ਨਾਲੇ ਪੈਸਿਆਂ ਦੀ ਤੇ ਨਾਲੇ ਇੰਨਾ ਕੁਛ ਘਰ ਦੇ ਵਿੱਚ ਹੋਇਆ ਵਾ ਹਾਏ ਹਾਏ ਤੇ ਚੱਲ ਮੈਨੂੰ ਫੋਨ ਹੀ ਕਰ ਲੈਂਦੀ ਥੋੜਾ ਜਿਹਾ ਦੁੱਖ ਦੇ ਹੁੰਦਾ ਵੱਖਰਾ ਜਿਹਾ ਤੋਂ ਆਉਂਦੇ ਹੁੰਦੇ ਵੀ ਚੱਲ ਆਪਣਿਆਂ ਨਾਲ ਵੰਡਿਆਂ ਤੇ ਵੰਡਿਆਂ ਤੇ ਜਾਂਦਾ ਭੈਣ ਭਰਾ ਚਲੋ ਕੀ ਕਰਨਾ ਵਾ
ਬਹੁਤ ਅਸੀਂ ਮੈਂ ਚਾਹ ਬਣਾਵਾਂ ਚਾਹ ਰਹਿਣ ਦੇ ਮੁੱਲ ਦਾ ਦੁੱਧ ਵਾ ਰਹਿਣ ਦੇ ਚੱਲ ਉੱਧਰ ਚੱਲੀਏ ਨਾਲੇ ਬੀਜੀ ਨਾਲ ਗੱਲ ਕਰਦੇ ਨਾਲੇ ਮੈਂ ਉਹਦੀ ਖੁੰਬ ਠੱਪਦੀ ਜਰਾ ਚੱਲ ਦੋਵੇਂ ਜਣੇ ਫੇਰ ਕੀ ਆ ਮੁੱਲ ਦਾ ਦੁੱਧ ਵਾ ਤਾਂ ਚਾਹ ਪਾਣੀ ਨਹੀਂ ਪੀਂਦੇ ਉਹ ਜੋਬਨ ਵੀ ਕਰੀ ਆ ਕਰੀ ਆ ਚੱਲ ਫਿਰ ਉੱਧਰ ਚੱਲੀਏ ਉਹਨੂੰ ਕਹਿੰਦੇ ਤੁਸੀਂ ਚੱਲੋ ਮੈਂ ਆਉਂਦੀ ਹਾਂ ਤਾਂ ਤੈਨੂੰ ਕੀ ਆ ਮੈਨੂੰ ਵੇਖ ਕੇ ਤੈਨੂੰ ਸੱਤੀ ਕੱਪੜੀ ਅੱਗ ਲੱਗ ਜਾਣੀ ਵੀ ਇੰਨੇ ਸੱਦਿਆ ਹੋਣਾ ਕੋਈ ਗੱਲ ਨਹੀਂ ਲੱਗਣ ਦੇ ਤੈਨੂੰ ਮਗਰੋਂ ਵੀ ਲੱਗਣੀ ਸਾਹਮਣੇ ਨੂੰ ਲੱਗਣ ਦੇ ਕੋਈ ਨਹੀਂ ਤੂੰ ਚੱਲ ਚੱਲ ਮੈਂ ਤੁਸੀਂ ਨਾਲ ਤੂੰ ਮਾਸਾ ਪੜ੍ਹ ਲੈਂਦਾ ਨਾ ਪੇਪਰ ਤੇ ਆ ਬਿਨ ਨਹੀਂ ਵੇਖਣੇ ਪੈਣੇ ਪਤਾ ਨਹੀਂ ਤੁਹਾਨੂੰ ਇੰਨੀਆਂ ਸ਼ਰਮਾ ਕਿਉਂ ਆਉਂਦੀਆਂ ਪੜ੍ਹਨ ਤੋਂ ਚਲੋ ਮਾਸੀ ਜੀ ਤੁਸੀਂ ਬਹੁ ਮੈਂ ਪੱਠੇ ਪਾ ਲਾਂ ਵੇ ਮੈਂ ਮਾਸੀ ਨਹੀਂ ਤੇਰੀ ਭੂਈ ਆ ਮੈਂ ਇਹਨੇ ਨਿੱਕੇ ਹੁੰਦੇ ਨੂੰ ਆਦਤ ਪਈ ਆ ਇਹਦੇ ਤੇ ਕੀ ਮੇਰੇ ਵੀ ਮੂੰਹੋਂ ਨਿਕਲ ਜਾਂਦਾ ਵੇਲਾ ਹੁਣੇ ਨਿੱਕਾ ਵਾ ਹੁਣ ਵੱਡਾ ਹੋ ਗਿਆ ਵਾ ਤੂੰ ਲੈ ਤੀ ਇਹ ਕਿੰਦਰੋਂ ਦੀ ਨਾਂਗੀ ਮੈਂ ਇੱਥੇ ਬੈਠੀ ਆ ਤੁਸੀਂ ਤੇ ਹੁਣ ਇੱਥੇ ਬੈਠੇ ਮੈਨੂੰ ਲੈ ਗਿਆ ਮੁੰਡਾ ਉਧਰ ਦਰਬ ਅੱਛਾ ਕਹਿੰਦਾ ਵੀ ਸਾਡੀ ਪਰੌਣੀ ਆ ਤੇ ਚੱਲ ਉਧਰ ਲੈ ਤੁਸੀਂ ਅੰਦਰ ਹੀ ਉਦੋਂ ਬੜੇ ਹਾਂ ਮੈਂ ਅੰਦਰ ਹੀ ਅੱਜ ਮੈਂ ਉਹਨਾਂ ਦੀ ਪਰੌਣੀ ਸੀ ਚਲੋ ਕੋਈ ਗੱਲ ਇੱਕੋ ਗੱਲ ਵਾ ਕੋਈ ਹੋਰ ਸੁਣਾਓ ਠੀਕ ਹੋ ਠੀਕ ਆ ਪੁੱਤ ਅੱਛਾ ਤੁਸੀਂ ਅੰਦਰ ਹੀ ਤੇ ਫਿਰ ਮੈਂ ਕਿਹਾ ਚੱਲ ਹੁਣ ਮੈਂ ਉਧਰ ਹੀ ਹੋਰ ਸੁਣਾਓ ਸੇਧ ਕਿੱਦਾਂ ਸੇਧਾ ਠੀਕ ਆ ਸਤਿ ਸ੍ਰੀ ਅਕਾਲ ਹੋਰ ਠੀਕ ਆ ਬੱਚੇ ਰਾਜੀ ਆ ਠੀਕ ਆ ਠੀਕ ਚਲੋ ਬਹੁ ਫਿਰ ਮੈਂ ਚਾਹ ਬਣਾਵਾਂ ਘੱਟ ਵਧੀਆ ਆਹੋ ਬਣਾ ਸੰਘਣੀ ਜੀ ਬਣਾਈ ਹੁਣ ਵਧਾਈ ਵੀ ਨਾਲੇ ਵਿੱਚ ਹੀ ਅੱਛਾ ਗੌਰਵ ਲੈਣ ਗਿਆ ਸੀ ਤੇ ਸਿੱਧੀ ਲੰਘ ਗਈ ਆ ਕਿਸੇ ਮਾਰ ਤੇ ਆਈ ਹੋਣੀ ਆ ਤੇ ਦੂਜੀ ਗੱਲ ਕਰਨਾ ਵੀ ਇਹਨਾਂ ਕੀ ਆ ਚੁਗਲੀਆਂ ਹੀ ਕਰਨੀਆਂ ਮੇਰੀਆਂ ਰੱਜ ਕੇ ਕੀਤੀਆਂ ਹੋਣੀਆਂ ਜਿਹੜੀ ਸਿੱਧੀ ਲੰਘ ਗਈ ਆ ਤੇ ਕੋਈ ਨਹੀਂ ਕਰਕੇ ਵੇਖੇ ਗੱਲ ਮੈਨੂੰ ਪੁਸਕਣ ਮੰਮੀ ਨਹੀਂ ਦੇਣੀ ਪੈਸੇ ਜੋ ਮੱਥੇ ਮਾਰ ਦੇਣੇ ਆ ਆਹ ਕਿਵੇਂ ਗੱਲ ਸੁਣ ਰਹੀ ਪ੍ਰੀਤ ਕੋ ਪਤਾ ਲੱਗਾ ਕੋਈ ਕਾਗਜ ਦੇਣ ਆਇਆ ਤੇ ਮੁੰਡੇ ਨੂੰ ਪਤਾ ਲੱਗ ਗਿਆ ਮੁੰਡੇ ਦਾ ਕਾਗਜ ਆ ਗਏ ਮੁੰਡਾ ਆਂਦਾ ਵੀ ਇਹ ਸਾਡੀ ਪੈਲੀ ਤੇ ਲਿਮਟ ਕਿੰਨੇ ਚੁੱਕਣੀ ਮੇਰੇ ਨਾਂ ਦੀ ਮੇਰਾ ਨਾਂ ਲਿਖਿਆ ਵਾ ਉਹ ਕਿਤੇ ਸੈਨ ਸੁਨਿਤ ਕੋ ਕਰਵਾ ਲੈਣਾ ਬਾਨੇਗਾ ਅਸੀਂ ਆਖੇ ਨਹੀਂ ਮੋਦੀ ਦੇ ਪੈਸਿਆਂ ਵਾਲਾ ਹੋ ਗਈ ਗੱਲ ਪਰ ਮੁੰਡਾ ਕਿੱਥੇ ਆਉਂਦਾ ਮੋਦੀ ਦੇ ਪੈਸਿਆਂ ਦੀ ਕਿਹੜੀ ਗੱਲ ਆ ਜਿਹੜੇ ਮੇਰੀ ਪੈਲੀ ਤੇ ਲਿਮਟ ਚੁੱਕੀ ਆ ਜੀ ਇਹ ਮੈਂ ਗੱਲ ਪਹਿਲਾਂ ਉਦੋਂ ਕਹਿ ਕੇ ਵੀ ਗਈ ਸੀ ਵਿੱਚ ਕੰਨੇ ਹੋ ਕੇ ਰਿਹਾ ਇਹ ਤੇ ਪਤਾ ਨਹੀਂ ਕੀ ਰੋਟੀਆਂ ਖਾ ਕੇ ਤੇ ਸੁੱਤੇ ਰਹਿੰਦੇ ਲੱਗਦੇ ਤੇ ਉਹ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਮੇਰੇ ਭਰਾ ਮੇਰੀ ਭਰਜਾਈ ਹੁਣ ਕਿੱਥੇ ਗਏ ਆ ਇਹਨਾਂ ਦੀ ਜਰਾ ਮੈਂ ਖੁੰਬ ਠੱਪਾ ਹੁਣ ਆਂਦਾ ਉਹ ਆਂਦਾ ਮੈਂ ਜਾਣਾ ਮੈਂ ਥੋੜੇ ਛੱਡ ਦੂੰਗਾ ਉਹ ਆਂਦੀ ਮੈਂ ਜਾਣ ਨਹੀਂ ਦੇਣਾ ਇਹੋ ਜਿਹੀ ਗੱਲਾਂ ਹੁੰਦੀਆਂ ਘਰ ਦੇ ਵਿੱਚ ਤੇ ਹੈ ਕਿੱਥੇ ਆ ਹੁਣ ਇਹ ਅੰਦਰੇ ਬੜੀ ਆ ਜੋ ਬੰਦਾ ਵੀ ਕਰੇ ਹੀ ਆਵੇ ਆ ਚੰਗੀ ਕੀਤੀ ਇਹਨੇ ਬੜੀ ਕਰੇ ਇਹਨਾਂ ਨੂੰ ਸਵਰੇ ਜਿਆਦੇ ਚੰਗੇ ਲੱਗਣ ਦੇ ਹੈ ਦੋਨੇ ਦੋਨੇ ਬੜੀ ਟੈਨਸ਼ਨ ਲਈ ਕੁੜੀ ਨੇ ਵੀ ਤੇ ਮੁੰਡੇ ਨੇ ਲੈਣੀ ਤੇ ਹੈਗੀ ਤੇ ਮੂੰਹ ਵੇਖ ਇਹਨਾਂ ਦੇ ਕਿੱਦਾਂ ਸੁੱਕੀ ਪਈ ਜੋਬਨਾ ਉਠੋ ਬਾਹਰ ਗੋਬਿੰਦਪਾਲ ਭੈਣ ਆਈ ਆ ਭੈਣ ਆਈ ਆ ਆਹ ਇਹ ਐ ਵੇਲੇ ਆਈ ਇਹ ਐ ਵੇਲੇ ਕੀ ਉਹ ਕਿਤੇ ਗੌਰਵ ਲੈ ਕੇ ਆਇਆ ਵਾ ਤੇ ਮੇਰੀ ਗੱਲ ਸੁਣ ਲਓ ਜੇ ਉਹਨੇ ਗੱਲਾਂ ਗੁੱਲਾਂ ਕੀਤੀਆਂ ਤੇ ਮੈਂ ਨਹੀਂ ਸੁਣਨੀ ਆਪਣੇ ਪੇਕਿਆਂ ਦੇ ਬਾਰੇ ਮੈਂ ਪੈਸੇ ਮਾਰਨੇ ਇਹਨਾਂ ਦੇ ਮੱਥੇ ਤੇ ਤੁਹਾਨੂੰ ਮੈਂ ਦੱਸਤਾ ਜੀ ਬਹੁਤਾ ਮਈ ਮਈ ਕਰਨ ਦੀ ਲੋੜ ਨਹੀਂ ਆ
ਤੇ ਮਿਲ ਲਓ ਬਾਹਰ ਜਾ ਕੇ, ਮੈਂ ਚਾਹ ਰੱਖੀ ਆ। ਕੋਈ ਨਹੀਂ ਮਿਲਣੀ ਮੈਂ।